प्रोग्राम जिहड़ा कि लोहड़ी नवे साल से गुरपुरब दी वधाइयां दे लई ऑर्गेनाइज किया गया शहर वासियों वालों। आओ सुनते हैं वेखते हैं माणते हैं वन एंड ओनली द ग्रेट आइकन ऑफ पंजाब। प्लीज वेलकम द सेज इंटरनेशनल फेम द किंग ऑफ सूफी म्यूजिक तुहाडियां जोरदार ताड़ियां दे विच जनाब माणक अली। ਸਫਰ ਲੋਕ ਮੀਆਂ ਮੁਹੰਮਦ ਬਖਸ਼ ਦੇ ਲਿਖੇ ਚਾਰ ਬੰਦ ਤੁਹਾਡੀ ਨਜ਼ਰ ਉਸ ਤੋਂ ਬਾਅਦ ਜਿੱਦਾਂ ਤੁਹਾਡਾ ਹੁਕਮ ਅਵਲ ਹਮਦ ਸਨਾ ਇਲਾਹੀ ਜੋ ਮਹਲ ਕਹਰ ਹਰਦਾ ਸਾਡੇ ਇਸ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪਾਂ ਜਿਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਸੀ ਔਰ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ 'ਚ ਬੁਲੰਦ ਕੀਤਾ ਮੇਰੀ ਮੁਰਾਦ ਆ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ। ਬਾਕੀ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਕੌਂਸਲ ਸਾਹਿਬਾਨ ਔਰ ਵੱਖ ਵੱਖ ਐਨ ਜੀ ਓ ਦੇ ਔਰ ਸੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬਾਨ ਔਰ ਮੇਰੇ ਸਾਰੇ ਮਿਹਰਬਾਨ ਜਿੰਨੇ ਇਸ ਅੱਜ ਦੇ ਲੋਹੜੀ ਦੇ ਪ੍ਰੋਗਰਾਮ 'ਚ ਤੁਸੀਂ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਵਾਜ਼ ਦਾ ਜਵਾਬ ਦੱਬ ਕੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ 2020 ਦੇ ਜੋ ਨਵਾਂ ਸਾਲ ਚੜ੍ਹਿਆ ਉਹਦੀ ਲੱਖ ਲੱਖ ਵਧਾਈ ਵੀ ਦਿੰਦਾ ਔਰ ਜੋ ਪਿੱਛੇ ਅਸੀਂ 550 ਗੁਰਪੁਰਬ
ਸਾਡੇ ਪ੍ਰਥਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਣਾ ਕੇ ਹਟਿਆ। ਉਸ ਦਿਨ ਵੀ ਆਪਾਂ ਇੱਥੇ ਇੱਕ ਉਹਦੇ ਸਮੁੱਚੇ ਹਲਕੇ ਦਾ ਕੀਰਤਨ ਦਰਬਾਰ ਇੱਥੇ ਇਸੇ ਗਰਾਊਂਡ ਦੇ ਵਿੱਚ ਹੋਇਆ ਸੀ ਅਤੇ ਤੁਸੀਂ ਸਾਰਿਆਂ ਨੇ ਵੱਡੀ ਗਿਣਤੀ ਹਾਜ਼ਰੀ ਭਰੀ ਸੀ। ਅੱਜ ਕੱਲ੍ਹ ਸ਼ਹਿਰ ਮੋਹਾਲੀ ਦੇ ਵਿੱਚੋਂ ਕੋਨੇ ਕੋਨੇ ਤੋਂ ਤੁਸੀਂ ਸਾਰਿਆਂ ਨੇ ਆ ਕੇ ਸ਼ਿਰਕਤ ਕੀਤੀ ਹੈ, ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ। ਔਰ ਮੈਂ ਤੁਹਾਨੂੰ ਜਿੱਥੇ ਲੋਹੜੀ ਦੀ ਵੀ ਵਧਾਈ ਦਿੰਦਾ, ਜੋ ਲੋਹੜੀ ਵਾਲੇ 12 ਤਰੀਕ ਦੀ ਹੈ ਔਰ ਸਾਡੇ ਵਾਸਤੇ ਜਿਹੜਾ ਆਉਣ ਵਾਲਾ ਇਹ ਵਰ੍ਹਾ ਹੈ, ਮੇਰੇ ਸਮੁੱਚੇ ਇਲਾਕਾ ਨਿਵਾਸੀਆਂ ਵਾਸਤੇ, ਪੰਜਾਬ ਵਾਸੀਆਂ ਵਾਸਤੇ, ਦੇਸ਼ ਵਾਸੀਆਂ ਵਾਸਤੇ ਖੁਸ਼ੀਆਂ ਅਤੇ ਖੇੜਾਂ ਨਾਲ ਭਰਪੂਰ ਹੋਵੇ। ਤੁਸੀਂ ਸਾਰੇ ਸਿਹਤ ਜਾਬ ਹੋਵੋ, ਹਰ ਘਰ 'ਚ ਤੰਦਰੁਸਤੀ ਹੋਵੇ ਅਤੇ ਵਾਹਿਗੁਰੂ ਦੀ ਉਸ ਭਗਵਾਨ ਦੀ ਅੱਲਾ ਦੀ ਅਪਾਰ ਬਖਸ਼ਿਸ਼ ਹੋਵੇ ਕਿ ਸਾਰੇ ਘੁੱਗ ਵਸਣ। ਔਰ ਖਾਸ ਕਰਕੇ ਨੌਜਵਾਨਾਂ ਵਾਸਤੇ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੂੰ ਕਿ ਜੋ ਮੇਰੇ ਇਸ ਇਲਾਕੇ ਦੇ ਨੌਜਵਾਨ ਨੇ ਉਹਨੂੰ ਇੰਨੀ ਕੁ ਉਹਨਾਂ ਨੂੰ ਹਿੰਮਤ ਔਰ ਇੰਨੀ ਕੁ ਬੁੱਧੀ ਔਰ ਇੰਨੀ ਕੁ ਸਮਰੱਥਾ ਬਖਸ਼ਣ ਕਿ ਉਹ ਇਸ ਇਲਾਕੇ ਦਾ ਨਾਂ, ਇਸ ਸੂਬੇ ਦਾ ਨਾਂ ਰੋਸ਼ਨ ਕਰਨ। ਅੱਜ ਜਦੋਂ ਮੈਂ ਮਿਲਿਆ ਸਾਰਿਆਂ ਨੂੰ ਖੁਸ਼ੀ ਹੋਈ। ਸਭ ਤੋਂ ਵੱਡੀ ਗੱਲ ਇਹ ਸੀ, ਮੈਂ ਮਨੀਸ਼ ਜੀ ਨੂੰ ਸਪੈਸ਼ਲੀ ਕਿਹਾ ਕਿ ਸਾਡਾ ਲੋਹੜੀ ਦਾ ਪ੍ਰੋਗਰਾਮ ਵੀ ਹੈ ਅਤੇ ਤੁਸੀਂ ਤਕਰੀਬਨ ਧੰਨਵਾਦ ਵੀ ਕੀ ਜਗ੍ਹਾ ਮੋਹਾਲੀ 'ਚ ਆਪਾਂ ਤੈਅ ਕੀਤਾ ਪਹਿਲਾਂ। ਪਰ ਅੱਜ ਸਮੁੱਚੇ ਸ਼ਹਿਰ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਕ ਬੋਰਡ ਪਾ ਕੇ ਜਿਤਾ ਕੇ ਭੇਜਿਆ, ਉਹਨੇ ਦਰਸ਼ਨ ਕਰਨ ਦਾ ਮੌਕਾ ਵੀ ਅੱਜ ਮਿਲਣਾ। ਉਹ ਇੱਥੇ ਤੁਸੀਂ ਸ਼ਿਰਕਤ ਕੀਤੀ ਹੈ, ਤੁਹਾਨੂੰ ਜੀ ਆਇਆਂ ਨੂੰ। ਪਰ ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਕਿ ਜੋ ਤੁਸੀਂ ਤਾਕਤ ਹਿੰਮਤ ਮੈਨੂੰ ਬਖਸ਼ੀ ਹੈ ਪਿਛਲੇ ਲਗਾਤਾਰ 15-20 ਸਾਲ ਤੋਂ ਬਖਸ਼ਦੇ ਆ ਰਹੇ ਹੋ, ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਕਿਸਮਤੀ 'ਤੇ ਖਰਾ ਉਤਰਾਂ। ਔਰ ਜੋ ਸੇਵਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤੀ ਹੈ ਅਤੇ ਉਹਨੂੰ ਬਾਖੂਬੀ ਆਪਣਾ ਫਰਜ਼ ਸਮਝ ਹੋਏ ਨਿਭਾਵਾਂ। ਔਰ ਜੋ ਅੱਜ ਪਹਿਲਾਂ ਐਨੀਮਲ ਹਸਬੈਂਡਰੀ ਦਿੱਤਾ, ਲੇਬਰ ਦਿੱਤਾ, ਅੱਜ ਹੈਲਥ ਦਾ ਡਿਪਾਰਟਮੈਂਟ ਮੁੱਖ ਮੰਤਰੀ ਸਾਹਿਬ ਨੇ, ਇਹ ਮੈਨੂੰ ਨਹੀਂ ਦਿੱਤਾ, ਇਹ ਮੋਹਾਲੀ ਵਾਸੀਆਂ ਨੂੰ ਦਿੱਤਾ ਸਾਰਿਆਂ ਨੂੰ। ਇਹ ਮੋਹਾਲੀ ਵਾਸੀਆਂ ਦੀ ਸਾਰਿਆਂ ਦੀ ਸੋਚ ਅਤੇ ਵੇਖਦੇ ਤਾਂ ਤੁਹਾਡੀ ਜੋ ਤੁਹਾਡੇ ਕੋਲ ਤੀਖਣ ਬੁੱਧੀ ਹੈ ਜਾਂ ਜੋ ਕੰਮ ਕਰਨ ਦੀ ਸਮਰੱਥਾ ਉਹ ਦੇਖ ਕੇ ਦਿੱਤਾ, ਅਤੇ ਮੈਂ ਤੁਹਾਨੂੰ ਇਹ ਗੱਲ ਵਿਸ਼ਵਾਸ ਦਿਵਾਉਣਾ ਕਿ ਜਿਸ ਦਿਨ ਤੋਂ ਡਿਪਾਰਟਮੈਂਟ ਸੰਭਾਲਿਆ, ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਮੋਹਾਲੀ ਦਾ ਬੰਦਾ ਚੱਲ ਕੇ ਆਵੇ ਜਾਂ ਪੰਜਾਬ ਦਾ ਚੱਲ ਕੇ ਆਵੇ ਜਿਹੜਾ ਦੁਖੀ ਹੈ ਉਹਦੀ ਮਦਦ ਕੀਤੀ ਜਾਵੇ। ਔਰ ਉਸ ਤਰੀਕੇ ਨਾਲ ਹੀ ਸਵੇਰੇ ਤੁਸੀਂ ਜੋ ਸੈਕਟਰ 39 'ਚ ਆਉਂਦੇ ਹੋ ਕਿ ਜਿਵੇਂ ਆਪਣੇ ਕੋਲ ਤਕਰੀਬਨ ਪੰਜਾਬ ਭਰ 'ਚੋਂ ਹਲਕੇ ਤੋਂ ਸੈਂਕੜੇ ਲੋਕ ਰੋਜ਼ ਆਉਂਦੇ ਨੇ, ਸਾਰਿਆਂ ਦੁੱਖ ਤਕਲੀਫਾਂ ਦੂਰ ਕਰਨ ਦਾ ਉਪਰਾਲਾ ਕਰਦੇ ਹਾਂ, ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਅੱਜ ਮੋਹਾਲੀ ਕੋਈ ਛੋਟਾ ਜਿਹਾ ਕਸਬਾ ਜਾਂ ਸ਼ਹਿਰ ਨਹੀਂ ਰਿਹਾ, ਅੱਜ ਦੁਨੀਆਂ ਦੇ ਨਕਸ਼ੇ ਉੱਤੇ ਮੋਹਾਲੀ ਹੈ। ਅੱਜ ਜੇ ਗੜਗਾਉਂ ਤੋਂ ਬਾਅਦ, ਦਿੱਲੀ ਤੋਂ ਬਾਅਦ ਜੇ ਕਿਸੇ ਇਨਵੈਸਟਰ ਦਾ ਕੋਈ ਝੁਕਾਓ ਹੈ ਤਾਂ ਇਸ ਮੋਹਾਲੀ ਸ਼ਹਿਰ ਵੱਲ ਹੈ, ਇਸ ਪੰਜਾਬ ਸੂਬੇ ਵੱਲ ਹੈ ਕਿ ਸਾਡੀ ਇੱਥੇ ਸਾਨੂੰ ਸਹੀ ਅਤੇ ਵਧੀਆ ਵਾਤਾਵਰਨ ਆਪਣਾ ਕਾਰੋਬਾਰ ਕਰਨ ਵਾਸਤੇ ਮਿਲੂਗਾ। ਵੱਡੀਆਂ ਵੱਡੀਆਂ ਇੰਟਰਨੈਸ਼ਨਲ ਲੈਵਲ ਦੀਆਂ ਯੂਨੀਵਰਸਿਟੀਆਂ ਇੱਥੇ ਖੁੱਲ੍ਹਣੀਆਂ, ਇਹ ਸਾਡੇ ਵਾਸਤੇ ਬਹੁਤ ISBT ਵਰਗੀ ਇੰਸਟੀਟਿਊਸ਼ਨ ਇੱਥੇ ਹੋਣੇ, ISR ਵਰਗੇ ਇੰਸਟੀਟਿਊਸ਼ਨ ਇੱਥੇ ਹੋਣੇ ਅਤੇ ਮੈਡੀਕਲ ਕਾਲਜ ਦਾ ਇੱਥੇ ਬਣਨਾ, ਇਹ ਸਾਡੇ ਮੋਹਾਲੀ ਦੀ ਸੁੰਦਰਤਾ ਚਾਰ ਚੰਨ ਲਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਸੀਂ ਚੱਲ ਕੇ ਆਏ ਹੋ ਲੋਹੜੀ ਦੀ ਲੱਖ ਲੱਖ ਵਧਾਈ ਵੀ ਦੇਣੀ ਚਾਹੁੰਦਾ ਅਤੇ ਅੱਜ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਲੋਹੜੀ ਦੀ ਅੱਗ ਵੀ ਬਾਲਣੀ ਹੈ ਅਤੇ ਜੋ
ਦੁੱਖ ਸੀ ਉਹ ਸਾਰੇ ਅਸੀਂ ਅੱਗ ਦੇ ਭੇਟ ਕਰਨੇ, ਸੁੱਖ ਸਾਰੇ ਸਾਡੇ ਘਰਾਂ 'ਚ, ਸੁੱਖ ਸ਼ਾਂਤੀ ਦੀ ਅਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ। ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ, ਸਾਰੀ ਸੰਗਤ ਦਾ ਕੋਟ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰੂੰਗਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਪਾਰਲੀਮੈਂਟ ਅਤੇ ਦਸਵੇਸ਼ ਪਿਤਾ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ ਨੂੰ, ਜਿਹੜੇ ਕਿ ਪਾਰਟੀ ਦੇ ਸਪੋਕਸਮੈਨ ਨੇ, ਜਦੋਂ ਪਾਰਲੀਮੈਂਟ 'ਚ ਬੋਲਦੇ ਨੇ, ਫੈਕਟ ਐਂਡ ਫਿਗਰ 'ਤੇ ਬੋਲਦੇ ਨੇ ਤਾਂ ਦੁਸ਼ਮਣਾਂ ਦੇ ਰੌਂਗਟੇ ਖੜ੍ਹੇ ਹੁੰਦੇ ਨੇ। ਉਹ ਸਟੇਜ 'ਤੇ ਆਏ ਤੁਹਾਡਾ ਸਾਰਿਆਂ ਦੇ ਦਰਸ਼ਨ ਵੀ ਕਰਨਗੇ, ਤੁਹਾਡਾ ਸਾਰਾ ਧੰਨਵਾਦ ਵੀ ਕਰਨਗੇ ਅਤੇ ਤੁਹਾਨੂੰ ਨਵੇਂ ਸਾਲ 'ਤੇ ਲੋਹੜੀ ਦੀ ਵਧਾਈ ਵੀ ਦੇਣਗੇ। ਮੇਰੀ ਮੁਰਾਦ ਮਨੀਸ਼ ਤਿਵਾੜੀ ਜੀ ਤੋਂ। ਸਾਡੀ ਭੈਣ ਐਮ ਸੀ ਬਣੀ ਹੈ, ਬਲਾਕ ਪ੍ਰਧਾਨ ਬਣਿਆ ਕਾਂਗਰਸ ਦਾ, ਮੈਂ ਜ਼ਿਲ੍ਹਾ ਪ੍ਰਧਾਨ ਸੀ ਅਤੇ ਹੁਣ ਐਮ ਐਲ ਏ ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੀ ਪੀ, ਉਹ ਵੀ ਆਪਣੇ 'ਚ ਸ਼ਾਮਲ ਹੋਏ ਨੇ। ਪੇਕੇ ਤਾਂ ਇੱਥੇ ਮੋਹਾਲੀ ਸ਼ਹਿਰ 'ਚ ਨੇ, ਭਾਵੇਂ ਬੱਸੀ ਤੋਂ ਐਮ ਐਲ ਏ ਬਣ ਗਿਆ ਜਾ ਕੇ। ਆਓ ਜੀ ਮਨੀਸ਼ ਜੀ। ਸਤਿਕਾਰਯੋਗ ਸਾਡੇ ਵੱਡੇ ਵੀਰ, ਪੰਜਾਬ ਸਰਕਾਰ ਦੇ ਸਿਹਤ ਮੰਤਰੀ ਔਰ ਬੜੇ, ਸਾਡੇ ਵਾਸਤੇ ਇਹ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਔਰ ਮੈਂ ਇਹ ਗੱਲ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਸਿੱਧੂ ਸਾਹਿਬ ਮੇਰੇ ਸੱਜੇ ਪਾਸੇ ਖੜ੍ਹੇ ਨੇ, ਪਰ ਪਿਛਲੇ 40 ਵਰ੍ਹੇ ਜਿਹੜੇ ਮੈਂ ਰਾਜਨੀਤਿਕ ਜੀਵਨ 'ਚ ਲਾਏ ਨੇ, ਹਿੰਦੁਸਤਾਨ ਦਾ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਜਿੱਥੇ ਮੈਨੂੰ ਉਚੇਚਾ ਜਾ ਕੇ ਰਾਤ ਬਿਤਾਉਣ ਦਾ ਮੌਕਾ ਨਹੀਂ ਮਿਲੇ। ਔਰ ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਕਿ ਜਿਸ ਲਗਨ ਨਾਲ, ਜਿਸ ਮਿਹਨਤ ਨਾਲ, ਜਿਸ ਸ਼ਿੱਦਤ ਨਾਲ ਔਰ ਜਿਸ ਦਿਆਨਤਦਾਰੀ ਨਾਲ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਇਸ ਹਲਕੇ ਦੀ ਔਰ ਆਪਣੇ ਸੂਬੇ ਦੀ ਸੇਵਾ ਕਰ ਰਹੇ ਨੇ, ਉਹਦੀ ਘੱਟ ਹੀ ਮਿਸਾਲ ਆਪਾਂ ਨੂੰ ਪੂਰੇ ਮੁਲਕ 'ਚ ਮਿਲਦੀ ਹੈ। ਇਹ ਸਾਡੇ ਲਈ ਬਹੁਤ ਹੀ ਮਾਣ ਔਰ ਸਤਿਕਾਰ ਦੀ ਗੱਲ ਹੈ ਕਿ ਚਾਹੇ ਕੋਈ ਕਾਂਗਰਸ ਪਾਰਟੀ ਨਾਲ ਜੁੜਿਆ ਹੈ ਜਾਂ ਨਹੀਂ ਹੈ, ਚਾਹੇ ਕਿਸੇ ਨੇ ਵੋਟ ਪਾਈ ਹੈ ਨਹੀਂ ਪਾਈ ਹੈ, ਪਰ ਜਿਹੜਾ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਕੋਲ ਕੰਮ ਵਾਸਤੇ ਆ ਗਿਆ ਉੱਥੋਂ ਨਮੋਸ਼ ਹੋ ਕੇ ਨਹੀਂ ਗਿਆ। ਔਰ ਇਹ ਇੱਕ ਸਿਆਸਤਦਾਨ ਦੀ, ਇੱਕ ਸਟੇਟਸਮੈਨ ਦੀ ਸਿਫਤ ਹੁੰਦੀ ਹੈ ਕਿ ਚੋਣ ਤੋਂ ਬਾਅਦ ਉਹ ਇਹ ਨਹੀਂ ਵੇਖਦਾ ਹੈਗਾ ਕਿ ਇਹਨੇ ਵੋਟ ਪਾਈ ਹੈ ਇਹਨੇ ਨਹੀਂ ਵੋਟ ਪਾਈ ਹੈ, ਉਹ ਆਪਣੇ ਆਪ ਨੂੰ ਪੂਰੇ ਹਲਕੇ ਦਾ ਨੁਮਾਇੰਦਾ ਸਮਝ ਕੇ ਹਲਕੇ ਦੇ ਵਿਕਾਸ ਵਾਸਤੇ ਕੰਮ ਕਰਨ ਦੀ ਤਸ਼ੱਦਦ ਕਰਦਾ ਹੈਗਾ। ਔਰ ਇਸ ਸਹੀ ਮਾਇਨੇ 'ਚ ਜਿਵੇਂ ਸਿੱਧੂ ਸਾਹਿਬ ਨੇ ਕਿਹਾ, ਮੋਹਾਲੀ ਵਾਸਤੇ ਮਾਣ ਦੀ ਗੱਲ ਹੈ, ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਾਸਤੇ ਮਾਣ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਸਿਹਤ ਦਾ ਮਹਿਕਮਾ ਹੈ ਉਹ ਇਹਨਾਂ ਦੇ ਸਪੁਰਦ ਕੀਤਾ। ਮੇਰਾ ਇਹ ਮੰਨਣਾ ਹੈ ਕਿ ਇਸ ਮੁਲਕ ਦੇ ਵਿੱਚ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ, ਜੇ ਕੋਈ ਦੋ ਸਭ ਤੋਂ ਅਹਿਮ ਵਜ਼ਾਰਤਾਂ ਨੇ ਉਹ ਸਿਹਤ ਔਰ ਸਿੱਖਿਆ ਹੈ। ਜਿਹੜਾ ਸਮਾਜ ਉਹਨਾਂ ਦੀ ਸਿਹਤ ਠੀਕ ਰੱਖ ਸਕੇ ਉਸ ਸਮਾਜ ਨੂੰ ਅੱਗੇ ਵਧਣ ਤੋਂ, ਉਹਨੂੰ ਵੱਡੀਆਂ ਛਲਾਂਗਾਂ ਮਾਰਨ ਤੋਂ ਕੋਈ ਨਹੀਂ ਰੋਕ ਸਕਦਾ। ਔਰ ਆਪਣੇ ਸਾਹਮਣੇ ਅਸੀਂ ਸਭ ਸਾਰਿਆਂ ਨੇ ਮੋਹਾਲੀ ਦੀ ਤਰੱਕੀ ਹੁੰਦੀ ਦੇਖੀ ਹੈ। ਮੈਨੂੰ ਯਾਦ ਹੈ 1970-80 ਦੇ ਦਸ਼ਕ ਦੇ ਵਿੱਚ ਜਦੋਂ ਅਸੀਂ ਚੰਡੀਗੜ੍ਹ ਸਕੂਲ ਪੜ੍ਹਦੇ ਸੀਗੇ, ਕਾਲਜ ਪੜ੍ਹਦੇ ਸੀਗੇ, ਉਦੋਂ ਮੋਹਾਲੀ ਇੱਕ ਛੋਟਾ ਜਿਹਾ ਕਸਬਾ ਹੁੰਦਾ ਸੀ ਔਰ ਹੌਲੀ ਹੌਲੀ ਮੋਹਾਲੀ ਵੱਧਦਾ ਗਿਆ, ਇੱਥੇ ਇਨਫਰਾਸਟ੍ਰਕਚਰ ਬਣਦਾ ਗਿਆ। ਔਰ ਅੱਜ ਸਿੱਧੂ ਸਾਹਿਬ ਬਿਲਕੁਲ ਠੀਕ ਗੱਲ ਕਹਿ ਰਹੇ ਨੇ ਕਿ ਬੈਂਗਲੋਰ ਤੋਂ ਵੀ ਉੱਪਰ, ਬੈਂਗਲੁਰੂ ਤੋਂ ਵੀ ਉੱਪਰ ਅਗੇ ਕੋਈ ਨਿਵੇਸ਼ਕ ਚਾਹੇ ਬਾਹਰ ਦਾ ਹੋਵੇ ਚਾਹੇ ਹਿੰਦੁਸਤਾਨੀ ਹੋਵੇ, ਅਗਰ ਕਿਸੇ ਡੈਸਟੀਨੇਸ਼ਨ ਵੱਲ ਧਿਆਨ ਨਾਲ ਵੇਖਦਾ ਹੈ
ਤਾਂ ਉਹ ਮੋਹਾਲੀ ਵੱਲ ਵੇਖਦਾ। ਔਰ ਜਿਸ ਤਰ੍ਹਾਂ ਇੱਥੇ ਸੰਸਥਾਵਾਂ ਆ ਰਹੀਆਂ ਨੇ, ਇੰਡੀਅਨ IBS ਦਾ ਜ਼ਿਕਰ ਕੀਤਾ, ਆਈਸ਼ਰ ਦਾ ਜ਼ਿਕਰ ਕੀਤਾ ਸਿੱਧੂ ਸਾਹਿਬ ਨੇ, ਇਨਫੋਸਿਸ ਬਹੁਤ ਵੱਡੇ ਪੱਧਰ ਤੇ ਇੱਥੇ ਕੈਂਪਸ ਬਣਾ ਰਹੀ ਹੈ। ਔਰ ਜਿਸ ਦਿਨ ਅਸੀਂ ਇਸ ਚੀਜ਼ ਕਾਮਯਾਬ ਹੋ ਗਏ ਕਿ ਇਹ ਮੋਹਾਲੀ ਦਾ ਜਿਹੜਾ ਅੰਤਰਰਾਸ਼ਟਰੀ ਏਅਰਪੋਰਟ ਹੈ, ਇੱਥੇ ਕੈਟ 3 ਫੈਸਿਲਿਟੀਜ਼ ਇੰਸਟਾਲ ਹੋ ਜਾਣ, ਇੱਥੇ ਨਾਈਟ ਲੈਂਡਿੰਗ ਫੈਸਿਲਿਟੀਜ਼ ਏਅਰਫੋਰਸ ਅਲਾਓ ਕਰਦੇ ਜਿਹਦਾ ਜਹਾਜ਼ ਰਾਤੀ ਵੀ ਉੱਡ ਸਕਣ, ਮੋਹਾਲੀ ਆਪਣਾ ਜਿਹੜਾ ਸ਼ਹਿਰ ਹੈ ਇਹ ਹੋਰ ਤਰੱਕੀਆਂ ਕਰੂਗਾ। ਇਹ ਅੱਜ ਦਾ ਇਹ ਸ਼ੁਰੂਆਤ ਹੈ। ਮੈਂ ਜ਼ਿਆਦਾ ਕੁਛ ਨਾ ਬੋਲਦਾ ਹੋਇਆ, ਤੁਹਾਡੇ ਔਰ ਮਿਊਜ਼ਿਕ ਦੇ ਵਿੱਚ ਨਾ ਖੜਾ ਹੁੰਦਾ ਹੋਇਆ, ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ, ਸਨ 2020 ਦੀਆਂ ਲੋਹੜੀਆਂ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਮੈਂ ਉਮੀਦ ਕਰਦਾ ਔਰ ਰੱਬ ਮੂਹਰੇ ਦੁਆ ਕਰਦਾ ਕਿ ਤੁਸੀਂ ਤੁਹਾਡੇ ਪਰਿਵਾਰ ਫੁੱਲਣ ਫੱਲਣ, ਪ੍ਰਗਤੀ ਕਰਨ ਔਰ ਆਪਣੇ ਇਸ ਸੂਬੇ ਦੇ ਵਿੱਚ ਖੁਸ਼ੀ ਔਰ ਖੁਸ਼ਹਾਲੀ ਹੋਵੇ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ। ਬਾਈ ਜੀ ਥੋੜ੍ਹੀ ਅੰਦਰ ਮੰਤਰੀ ਸਾਹਿਬ ਔਰ ਨਾਲ ਨਾਲ ਜਿਹੜੇ ਇੱਧਰ ਖੜੇ ਨੇ ਉਹ ਵੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿਉਂਕਿ ਖੁਸ਼ੀ ਦਾ ਟਾਈਮ ਹੈ, ਸਾਰੇ ਨੱਚ ਕੇ ਹਾਜ਼ਰ ਹੋਣਾ ਕੀ ਕਹਿਣਾ। ਨੱਚਣ ਨੂੰ ਕਿਹਦਾ ਕਿਹਦਾ ਕੀ ਗੱਲ ਹੈ, ਨੱਚਣਾ ਕਿਹਨੇ ਮਿਲਿਆ।